ਤੁਸੀਂ ਦੇਖ ਰਹੇ ਹੋ ਲਾਈਟ ਆਫ ਨੈਸ਼ਨ ਨਿਊਜ਼। ਮੈਂ ਰਮੇਸ਼ ਬਹਿਲ। ਇਸ ਵੇਲੇ ਅਸੀਂ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਸ਼ਹਿਰ ਦੇ ਵਿੱਚ ਮੌਜੂਦ ਹਾਂ। ਤੁਸੀਂ ਦੇਖ ਸਕਦੇ ਹੋ ਮੇਰੇ ਬਿਲਕੁਲ ਪਿੱਛੇ ਕਪੂਰ ਗੈਲਰੀ, ਔਰ ਨਾਲ ਹੀ ਤੁਸੀਂ ਬਿਲਕੁਲ ਦੇਖ ਸਕਦੇ ਹੋ ਜੰਗਲਾਤ ਵਿਭਾਗ ਵੱਲੋਂ ਲਗਾਏ ਗਏ ਰੋਡ ਦੇ ਉੱਪਰ ਇਹ ਦਰਖਤ ਜਿਹੜੇ ਕਿ ਕਪੂਰ ਗੈਲਰੀ ਵੱਲੋਂ ਵੱਢ ਦਿੱਤਾ ਗਿਆ, ਜਦਕਿ ਇੱਥੇ ਸੰਪੂਰਨ ਪਾਬੰਦੀ ਹੈ ਜੀ, ਇਹ ਵੱਢ ਨਹੀਂ ਸਕਦੇ। ਅਸੀਂ ਗੱਲਬਾਤ ਕਰਦੇ ਹਾਂ ਜਿਹੜੇ ਲੜਕਿਆਂ ਵੱਲੋਂ ਇਹ ਵੱਢੇ ਗਏ ਸਨ, ਔਰ ਕਿਉਂ ਵੱਢੇ ਗਏ ਸਨ, ਕਿਹਨਾਂ ਦੇ ਕਿਹਦੇ ਵੱਢੇ ਸਨ, ਇਹ ਦੱਸਣਗੇ ਜੀ। ਸਾਡੇ ਨਾਲ ਮੌਜੂਦ ਨੇ ਉਹ ਜਿਹੜੇ ਇਸ ਦਰਖਤ ਨੂੰ ਵੱਢ ਰਹੇ ਸਨ। ਹਾਂਜੀ, ਕੀ ਨਾਮ ਹੈ ਜੀ ਆਪਣਾ? ਹੀਰਾ ਲਾਲ। ਕਿੱਥੋਂ ਦੇ ਰਹਿਣ ਵਾਲੇ? ਆਹ ਦਰਖਤ ਤੁਸੀਂ ਵੱਢ ਰਹੇ ਸੀਗੇ ਜੀ? ਕਿਹਨਾਂ ਦੇ ਕਿਹਦੇ ਵੱਢਿਆ ਸੀ? ਕਪੂਰ ਦੇ। ਕਪੂਰ ਦੇ, ਠੀਕ ਹੈ ਜੀ। ਤੇ ਕੀ ਤੁਹਾਨੂੰ ਦਿਹਾੜੀ ਤੇ ਲਿਆਂਦਾ ਗਿਆ ਸੀ? ਕਿੰਨੀ ਦਿਹਾੜੀ ਤੇ ਆਏ ਹੋ ਤੁਸੀਂ? 100 ਰੁਪਇਆ ਕੀਤਾ ਸਰ। ਵੈਸੇ ਕਰਦੇ ਕੀ ਹੋ ਤੁਸੀਂ? ਅਸੀਂ ਰਿਕਸ਼ਾ ਵਾਲੇ ਹਾਂ। ਇੱਥੇ ਨੰਗਾ ਲਿਆ ਨਾ, ਆਵਾਜ਼ ਮਾਰੀ। ਓਕੇ, ਕੀ ਕਿਹਾ ਗਿਆ ਤੁਹਾਨੂੰ? ਤੁਸੀਂ ਇਕੱਲੇ ਸੀ ਜਾਂ ਨਾਲ ਹੋਰ ਵੀ ਸੀ? ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਜਿਹੜੇ ਨਾਲ ਮੌਜੂਦ ਸੀ। ਕੀ ਨਾਮ ਹੈ ਆਪਣਾ? ਕਮਲ। ਕਿੱਥੋਂ ਦੇ ਰਹਿਣ ਵਾਲੇ ਹੋ? ਕੈਂਪ ਦੇ। ਇਹ ਕਿਹਨਾਂ ਦੇ ਕਿਹਦੇ ਦਰਖਤ ਵੱਢਿਆ? ਇਹ ਭਾਈ ਹੋਣਾ ਦੇ, ਕਪੂਰ। ਕਪੂਰ ਗੈਲਰੀ ਵਾਲਿਆਂ ਦੇ? ਹਾਂਜੀ। ਵੈਸੇ ਤੁਸੀਂ ਕੀ ਕਰਦੇ ਹੋ? ਵੈਸੇ ਰਸ ਕਰੋ ਕੋਈ ਵਈਦਾ ਵਾ। ਓਕੇ, ਯਾਨੀ ਦਿਹਾੜੀ ਤੇ ਤੁਹਾਨੂੰ ਦਿਹਾੜੀ ਦੀ ਜਿਹੜੀ ਲੱਭ ਜੇ ਕਰ ਲਈ। ਤੁਸੀਂ ਦੇਖਿਆ ਅਸੀਂ ਗੱਲਬਾਤ ਕੀਤੀ ਉਹਨਾਂ ਮਜ਼ਦੂਰਾਂ ਦੇ ਨਾਲ, ਵੈਸੇ ਰਿਕਸ਼ਾ ਚਲਾਉਂਦੇ ਨੇ, ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਦਿਹਾੜੀ ਤੇ ਲਿਆ ਕੇ ਤੇ ਦਰਖਤ ਵਡਵਾਉਣ ਲਈ ਕਿਹਾ ਗਿਆ। ਇੱਥੇ ਮੌਕੇ ਤੇ ਪਹੁੰਚ ਚੁੱਕੇ ਨੇ ਜੰਗਲਾਤ ਵਿਭਾਗ ਦੇ ਅਫਸਰ ਵੀ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਕੀ ਹੈ ਉਹਨਾਂ ਦਾ ਕਹਿਣਾ? ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਸਰ, ਕੋਈ ਇਨਫੋਰਮੇਸ਼ਨ ਮਿਲੀ ਸੀ ਵੈਸੇ ਲੰਘਦੇ ਦੇਖਿਆ? ਨਹੀਂ, ਇਨਫੋਰਮੇਸ਼ਨ ਮਿਲੀ ਸੀ। ਠੀਕ ਹੈ ਜੀ। ਹਾਂਜੀ ਹਾਂਜੀ। ਤੇ ਹੁਣ ਜਿਸ ਤਰ੍ਹਾਂ ਇਹਨਾਂ ਨੇ ਉੱਪਰੋਂ ਦਰਖਤ ਵੱਢ ਦਿੱਤਾ ਆ, ਇਹਦੀ ਜੋ ਵੀ ਕਾਨੂੰਨੀ ਬਣਦੀ ਕਾਰਵਾਈ ਇਹਨਾਂ ਤੇ ਕੀਤੀ ਜਾਵੇਗੀ ਜਿਹੜੇ ਵੀ ਇਹਨਾਂ ਦੇ ਦੋਸ਼ੀ ਨੇ। ਠੀਕ ਹੈ ਜੀ। ਜਿਸ ਤਰ੍ਹਾਂ ਕਿ ਇੱਧਰ ਲੇਬਰ ਦੇ ਮੁਲਾਜ਼ਮ ਮੌਜੂਦ ਨੇ, ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਉਹਨਾਂ ਦੇ ਕਿਸੇ ਤੇ ਇਹਨਾਂ ਨੇ ਵੱਢਿਆ ਵਾ, ਤੇ ਇੱਥੇ ਕੀ ਕਾਰਵਾਈ ਕਰੋਗੇ ਜੀ? ਜੋ ਵੀ ਸਾਡੀ ਕਾਨੂੰਨੀ ਕਾਰਵਾਈ ਆ ਨਾ ਬਣਦੀ, ਉਹ ਕੀਤੀ ਜਾਵੇਗੀ, ਇਹਨਾਂ ਦੀ ਡੀਆਰ ਰਿਪੋਰਟ ਕੱਟੀ ਜਾਵੇਗੀ। ਓਕੇ ਜੀ। ਤੇ ਆਪਣਾ ਸ਼ੁਭ ਨਾਮ ਜੀ? ਹਰਸਿਮਰਨਵੀਰ ਸਿੰਘ, ਫੋਰੈਸਟ ਗਾਰਡ, ਬਟਾਲਾ, ਇੰਚਾਰਜ ਬੀਟ ਜੀ। ਤੁਸੀਂ ਦੇਖਿਆ ਕਿ ਫੋਰੈਸਟ ਡਿਪਾਰਟਮੈਂਟ ਦੇ ਅਧਿਕਾਰੀ ਇੱਥੇ ਪਹੁੰਚ ਚੁੱਕੇ ਨੇ, ਉਹਨਾਂ ਦਾ ਕਹਿਣਾ ਹੈ ਜੋ ਵੀ ਬਣਦੀ ਕਾਰਵਾਈ ਉਹ ਜ਼ਰੂਰ ਕੀਤੀ ਜਾਏਗੀ। ਜਦਕਿ ਮੀਡੀਆ ਵੱਲੋਂ, ਸਾਡੇ ਵੱਲੋਂ ਕਪੂਰ ਆਰਟ ਗੈਲਰੀ ਤੇ 9841449480 ਨੰਬਰ ਜੋ ਬਿਲਕੁਲ ਦੁਕਾਨ ਦੇ ਬਾਹਰ ਲਿਖਿਆ, 2-3 ਵਾਰੀ ਕਾਲ ਵੀ ਕੀਤੀ, ਬਟ ਸ਼ਾਇਦ ਉਹਨਾਂ ਨੂੰ ਪਤਾ ਲੱਗ ਗਿਆ ਕਿ ਮੀਡੀਆ ਦਾ ਨੰਬਰ ਹੈ, ਮੀਡੀਆ ਨਾਲ ਗੱਲਬਾਤ ਕਰਨਾ ਉਹਨਾਂ ਨੇ ਠੀਕ ਨਹੀਂ ਸਮਝਿਆ। ਬਟ ਫਿਰ ਵੀ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਸ ਤਰ੍ਹਾਂ ਉਹਨਾਂ ਨੇ ਕਿਉਂ ਕਰਵਾਇਆ। ਤੁਸੀਂ ਦੇਖ ਰਹੇ ਸੀ ਲਾਈਟ ਆਫ ਨੇਸ਼ਨ, ਹੁਣ ਤੱਕ ਇੰਨਾ ਹੀ। ਅੱਗੇ ਵੀ ਅਪਡੇਟ ਦਿੰਦੇ ਰਹਾਂਗੇ।